जिहड़ा तां हैगा एक्टर जां जिहड़ा हैगा कलाकार उहदे लई तां उहदे कम ने इहनूं अगे लैके जाणा जिहड़ा कुछ भी नहीं हैगा कोई स्टार नहीं कोई कुछ नहीं उहदे वास्ते तां इह नैगेटिव मार्केटिंग ही आ जिहदा एक भी चीज़ कोई माड़ी जी नैगेटिव ही वायरल हुंदी आ उह वायरल हो गया उह चल गया अज्ज दे समें दे विच कलाकारी नहीं देखी जाती अज्ज दे समें देखे जाते हैं फॉलोवर भी थोड़े फॉलोवर किन्ने ने क्योंकि अगले ने अपनी फिल्म ही प्रमोट करनी होंगी अज्ज का समय ही जिहड़ा वह नैगेटिव मार्किंग का तुसी चंगा काम चाहे तुसी गुरु ग्रंथ साहब पढ़ के सुनाई चलो तुहानू कोई नहीं सुनेगा तुसी एक छोटी जी नैगेटिव गल कर दो वह वायरल होगी ये अज्ज का समय ही नैगेटिव है अगला चाहे किड्डा भी चोटी का कलाकार होवे पर जे थोड़े फॉलोवर नहीं है थोड़ा कुछ नहीं है मैं गलतियाँ कटती रहनी है जे मैं नहीं गलतियाँ कटूंगी तो शायद ना सुधरूंगी जे तुसी नाम कमाना तो तुसी ये नहीं है कि माड़ी चीज़ तो ही कमा सकते हो चंगी चीज़ करके भी अपना नाम बना सकते हो देखो जी बहुत सोहनी फिल्म है परिंदा पार गया हर इंसान की कहानी है कनैक्ट करती है जुड़ती है तुसी जोड़ो मतलब तुसी जाओ फिल्म देखण बहुत सोहनी फिल्म है हर बंदे की स्टोरी है हर इंसान की जिहड़ा बंदा कुछ करना चाहुंदा लाइफ दे विच तां इह उहदी है परिंदा पार गया लोगों के विआह तो बाद बहुत चीज़ा बदल जाए कम नहीं कर देंगे या होर नहीं देंगे पर मैं विआह तो बाद बहुत अच्छा काम किया है मैंने माइनिंग फिल्म की मैंने परिंदा बहुत अच्छी फिल्म की है मैंने है ना सो मेरे लिए बहुत वड्डी गल्ल देसी चैनल वेख रहे सारे दर्शकों मेरे यानी सिमरन हंस वालों प्यार ते सत्कार भरी सत श्री अकाल सो परिंदा पार गया सिनेमा घर रिलीज़ हो चुकी है तो फिल्म दे विच मुख भूमिकावां दे विच एक भूमिका निभाने वाले लाटा यानी कि बाबर खान सर नाल मौजूद ने नाल उन्हां दे वाइफ मोविन जी भी मौजूद ने गलबात करांगे सत श्री अकाल जी सत श्री अकाल जी सत श्री अकाल सत श्री अकाल जी पहला थोड़े तो पहला ना भाभी का रिएक्शन जानते हैं भी उन्होंने फिल्म किदा दी लगी असल क्रिटिक तो पार्टनर ही होंदा हाँ कैसा है कैसा नहीं दसो पुछो हुणे मेरे कोल बैठे ने वैसे मैं वैसे भी वधिया कहना सी लेकिन हुण तां मेरे कोल बैठे ने वधिया कहूंगी मुंह ते तरीफ हो गई ਵੀ ਵੈਸੇ ਗਲਤੀਆਂ ਫੜਦੇ ਹੁੰਨੇ ਹੋ ਸਕਰੀਨ ਤੇ ਜਦੋਂ ਦੇਖਣ ਜਾਂਦੇ ਹੋ ਨਾ ਫਿਲਮ ਵੀ ਇੱਥੇ ਨਹੀਂ ਯਾਰ ਇੱਥੇ ਆ ਮੈਨੂੰ ਬਹੁਤ ਮੇਰੇ ਨਾ ਤਕਰੀਬਨ ਜੋ ਮੈਂ ਆਡੀਸ਼ਨ ਕੋਈ ਬਣਾਉਣਾ ਹੁੰਦਾ ਸਭ ਤੋਂ ਜ਼ਿਆਦਾ ਆਡੀਸ਼ਨ ਮੇਰੇ ਇਹਨਾਂ ਨੇ ਬਣਾਏ ਨੇ ਇਹ ਆਡੀਸ਼ਨ ਬਣਾਉਂਦੇ ਨੇ ਤੇ ਮੈਨੂੰ ਦੱਸਦੇ ਨੇ ਵੀ ਐਂ ਕਰਕੇ ਤਾਂ ਇੱਥੇ ਗਲਤੀ ਇੱਥੇ ਗਲਤੀ ਕਾਫੀ ਕੁਝ ਮਤਲਬ ਪਤਾ ਪਰ ਸਵਾਲ ਤਾਂ ਮੈਂ ਉਹਨਾਂ ਤੋਂ ਪੁੱਛਿਆ ਸੀ ਕਿਉਂਕਿ ਜੀ ਮੈਂ ਨਹੀਂ ਗਲਤੀਆਂ ਕੱਢੂੰਗੀ ਫਿਰ ਭਾਬੀ ਘਰੇ ਵੀ ਐਂ ਹੀ ਕਰਦੇ ਸੀ ਹਾਂ ਮਤਲਬ ਕੋਈ ਵੀ ਕੁਝ ਵੀ ਹੋਵੇ ਤਾਂ ਇਹਨਾਂ ਨੇ ਪਹਿਲਾਂ ਹੀ ਕਹਿ ਦੇਣਾ ਹਾਂ ਇਹ ਐ ਨਹੀਂ ਐ ਕਰਨਾ ਲੇਕਿਨ ਇਹ ਆ ਕਿ ਮੈਂ ਗਲਤੀਆਂ ਕੱਢਦੀ ਰਹਿਣੀ ਹੈ ਜੇ ਮੈਂ ਨਹੀਂ ਗਲਤੀਆਂ ਕੱਢੂੰਗੀ ਤਾਂ ਸ਼ਾਇਦ ਨਾ ਸੁਧਰਨ ਹੈ ਨਾ ਸੁਧਰਨ ਮੈਂ ਵਿਗੜਿਆ ਨਹੀਂ ਨਹੀਂ ਫਿਰ ਨਹੀਂ ਕਿਉਂਕਿ ਇੱਕ ਜਿਹੜੇ ਐਕਟਿੰਗ ਦੇ ਸਕਿੱਲਸ ਹੁੰਦੇ ਨੇ ਨਾ ਚਲੋ ਠੀਕ ਹੈ ਇਹਨਾਂ ਨੂੰ ਐਕਟਿੰਗ ਆਉਂਦੀ ਹੈ ਲੇਕਿਨ ਆਡੀਅੰਸ ਹੁੰਦੀ ਹੈ ਨਾ ਜਿਹੜੀ ਉਹੀ ਦੇਖਦੀ ਹੈ ਕਿ ਹਾਂ ਇਹਨਾਂ ਨੇ ਵਧੀਆ ਕੀਤਾ ਜਾਂ ਨਹੀਂ ਕੀਤਾ ਤਾਂ ਮੈਨੂੰ ਉਹ ਚੀਜ਼ ਦਾ ਪਤਾ ਲੱਗ ਜਾਂਦਾ ਕਿ ਹਾਂ ਇਹਨਾਂ ਨੇ ਅੱਜ ਵਧੀਆ ਕੀਤਾ ਨਹੀਂ ਕੀਤਾ ਤਾਂ ਅੱਜ ਬਹੁਤ ਬੈਸਟ ਸੀ ਇਹਨਾਂ ਦਾ ਅੱਛਾ ਵੈਸੇ ਆਡੀਸ਼ਨ ਤੁਹਾਡੇ ਭਾਬੀ ਜੀ ਬਣਾਉਂਦੇ ਨੇ ਤੇ ਫਿਲਮ ਦੇ ਵਿੱਚ ਤੁਸੀਂ ਰੀਲਾਂ ਈਸ਼ਾ ਦੀਆਂ ਬਣਾਉਂਦੇ ਮੈਂ ਕਦੋਂ ਈਸ਼ਾ ਦੀ ਰੀਲ ਬਣਾਤੀ ਉਹਦਾ ਈਸ਼ਾ ਨੇ ਮੈਨੂੰ ਕਹਿ ਦਿੱਤਾ ਗਵਾਹ ਹੈ ਉਹ ਤਾਂ ਈਸ਼ਾ ਨੇ ਮੈਨੂੰ ਕਹਿ ਦਿੱਤੀ ਮੇਰੀ ਰੀਲ ਬਣਾ ਮੇਰੇ ਨਾਲ ਰੀਲ ਬਣਾ ਕਹਿੰਦੀ ਮਤਲਬ ਮੈਂ ਸਰ ਤੁਹਾਡਾ ਰੀਲ ਬਣਾ ਆਇਆ ਇੱਕ 'ਚ ਹੈਗਾ ਤੁਸੀਂ ਦੇਖਿਆ ਨਹੀਂ ਚੈੱਕ ਕਰਿਓ ਸੀ ਹੈਗਾ ਐਸੀ ਬਾਤ ਨਹੀਂ ਭਾਬੀ ਅਸਲ 'ਚ ਦੱਸਿਓ ਉਦੋਂ ਕੀ ਕਿਹਾ ਸੀ ਦਕੂਣੀ ਜੀ ਮਾਰੀ ਸੀ ਉਦੋਂ ਮਤਲਬ ਰੀਲਸ ਬਾਰੇ ਹਾਂ ਨਹੀਂ ਜਦੋਂ ਰੀਲ ਬਣਾ ਰਹੇ ਸੀ ਈਸ਼ਾ ਦੀ ਮੇਰੀ ਵੀ ਬਣਾ ਦਿਆ ਕਰਿਓ ਹਾਂ ਮੈਂ ਇਹਨਾਂ ਨੂੰ ਕਹਿਣੀ ਹੁੰਦੀ ਹੈ ਜਿਵੇਂ ਹੁਣ ਅਸੀਂ ਪਹਿਲਾਂ ਕਸ਼ਮੀਰ ਗਏ ਨਾ ਜੰਮੂ ਕਸ਼ਮੀਰ ਜਾ ਕੇ ਆਏ ਫਿਰ ਕੁੱਲੂ ਮਨਾਲੀ ਜਾ ਕੇ ਆਏ ਅਤੇ ਉਹ ਮੇਰੀਆਂ ਹਜੇ ਤੱਕ ਪਈਆਂ ਨੇ ਮੈਂ ਕਹੀ ਜਾਂਦੀ ਬਾਬਾ ਮੇਰੀਆਂ ਰੀਲਸ ਸ਼ੇਅਰ ਕਰ ਦਿਉ ਆਹ ਰੀਲਸ ਸ਼ੇਅਰ ਕਰ ਦਿਉ ਹਾਂ ਮੈਂ ਕਰੂੰਗਾ ਮੈਨੂੰ ਟਾਈਮ ਨਹੀਂ ਲੱਗ ਰਿਹਾ ਮੈਂ ਇੱਧਰ ਜਾਣਾ ਮੈਂ ਉੱਧਰ ਜਾਣਾ ਤਾਂ ਕਰਕੇ ਇਹ ਥੋੜ੍ਹਾ ਜਿਹਾ ਹੈਗਾ ਮੈਨੂੰ ਮਲਾਲ ਅੱਛਾ ਅਦਾਕਾਰੀ ਕਮਾਲ ਦੀ ਇਸ 'ਚ ਤਾਂ ਕੋਈ ਡਾਊਟ ਨਹੀਂ ਹੈ ਪਰ ਪਰਸਨਲ ਲਾਈਫ 'ਚ ਕਿੰਨੀ ਕੁ ਕੰਮ ਆਉਂਦੀ ਹੈ ਬਹੁਤ ਮੈਂ ਦੱਸਦੀ ਹਾਂ ਬਹੁਤ ਕੰਮ ਆਉਂਦੀ ਆ ਮਤਲਬ ਕੋਈ ਵੀ ਝੂਠ ਬੋਲਣਾ ਸਵਾਲ ਮੇਰਾ ਸੀ ਕੋਈ ਵੀ ਝੂਠ ਬੋਲਣਾ ਹੋਵੇ ਨਾ ਤਾਂ ਬੜੀ ਆਸਾਨੀ ਨਾਲ ਬੋਲ ਜਾਂਦੇ ਨੇ ਐਕਟਿੰਗ ਕਰਕੇ ਨਹੀਂ ਪਹਿਲਾਂ ਸਟੇਟਮੈਂਟ ਲੈ ਲਈਏ ਫਿਰ ਆਪਾਂ ਰਿਐਕਸ਼ਨ ਲਵਾਂਗੇ ਹੁਣ ਦੱਸੋ ਮੈਂ ਘਰੇ ਬਿਲਕੁਲ ਐਕਟ ਨਹੀਂ ਕਰਦਾ ਹੁਣ ਇਹ ਤਾਂ ਕਹਿਣਾ ਹੀ ਪੈਣਾ ਮੈਂ ਘਰੇ ਬਿਲਕੁਲ ਮੈਂ ਸੱਚ ਕਹਿਣਾ ਹਮੇਸ਼ਾ ਐਕਟਿੰਗ ਜਿਹੜੀ ਹੁੰਦੀ ਹੈ ਨਾ ਜਿਹੜੀ ਉਹ ਤੁਸੀਂ ਬਿਲੀਵ ਹੁੰਦਾ ਉਹ ਸੱਚਾਈ ਕਿਸੇ ਨੂੰ ਦੇਣੀ ਹੁੰਦੀ ਹੈ ਕਿ ਹਾਂ ਅਸੀਂ ਮਤਲਬ ਸੱਚ ਹੈ ਤੁਸੀਂ ਚਾਹੇ ਉਹ ਐਕਟਿੰਗ ਹੀ ਹੈ ਬਟ ਉਹ ਸੱਚ ਹੋਣਾ ਚਾਹੀਦਾ ਉਹ ਸੱਚਾਈ ਆ ਅੱਛਾ ਫਿਲਮ ਦੇ ਵਿੱਚ ਨਾ ਇੱਕ ਬੜੀ ਖਾਸ ਚੀਜ਼ ਮੈਂ ਨੋਟਿਸ ਕੀਤੀ ਕਿ ਗੁਰਨਾਮ ਐਂਡ 'ਤੇ ਵੀ ਕਹਿੰਦੇ ਨੇ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਅਤੇ ਜਦੋਂ ਕੋਈ ਮਾੜੀ ਜਿਹੀ ਗਲਤੀ ਕਰ ਦੇਵੇ ਤਾਂ ਤੁਸੀਂ ਬੋਲਣ ਲੱਗ ਜਾਂਦੇ ਹੋ ਹੈ ਨਾ ਸੋ ਕਿਤੇ ਨਾ ਕਿਤੇ ਇਹ ਇੰਡਸਟਰੀ ਦੇ ਵਿੱਚ ਤੁਸੀਂ ਦੇਖਿਆ ਜਾਂ ਕਿਤੇ ਫੇਸ ਕੀਤਾ ਜਾਂ ਕੀ ਕਹਿਣਾ ਚਾਹੋਗੇ ਇਸ 'ਤੇ ਕੀ ਰਿਐਕਸ਼ਨ ਹੈ ਤੁਹਾਡਾ ਵੀ ਜਦੋਂ ਇੱਕ ਆਰਟਿਸਟ 100 ਚੰਗੇ ਕੰਮ ਕਰਦਾ ਉਹਦੀ ਇੰਨੀ ਐਪਰੀਸੀਏਸ਼ਨ ਹੋਵੇ ਜਾਂ ਨਾ ਲੇਕਿਨ ਇੱਕ ਛੋਟੀ ਜਿਹੀ ਗਲਤੀ ਕਰਦੇ ਉਹ ਬੜੀ ਜਲਦੀ ਵਾਇਰਲ ਹੋ ਜਾਂਦਾ ਬਿਲਕੁਲ ਅੱਜ ਦਾ ਸਮਾਂ ਹੀ ਜਿਹੜਾ ਉਹ ਨੈਗੇਟਿਵ ਮਾਰਕਿੰਗ ਦਾ ਤੁਸੀਂ ਚੰਗਾ ਕੰਮ ਚਾਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸੁਣਾਈ ਚੱਲੋ
ਤੁਹਾਨੂੰ ਕੋਈ ਨਹੀਂ ਸੁਣੇਗਾ, ਤੁਸੀਂ ਇੱਕ ਛੋਟੀ ਜਿਹੀ ਨੈਗੇਟਿਵ ਗੱਲ ਕਰ ਦਿਓ ਉਹ ਵਾਇਰਲ ਹੋਊਗੀ। ਇਹ ਅੱਜ ਦਾ ਸਮਾਂ ਹੀ ਨੈਗੇਟਿਵ ਦਾ। ਅੱਛਾ ਪਹਿਲਾਂ ਅੱਜ ਮੈਂ ਕੋਈ ਚੀਜ਼ ਮਤਲਬ ਓਬਜ਼ਰਵ ਕੀਤੀ ਕਿ ਲੋਕ ਨਾ ਜਦੋਂ ਕਦੇ ਬਦਨਾਮ ਹੋ ਜਾਂਦੇ ਸੀਗੇ ਤਾਂ ਘਰੋਂ ਬਾਹਰ ਨਿਕਲਦੇ ਸੀ, ਮੂੰਹ ਨਹੀਂ ਦਿਖਾਉਂਦੇ ਸੀ। ਜਦੋਂ ਅੱਜ ਬਦਨਾਮ ਹੋ ਜਾਂਦਾ ਸੋਸ਼ਲ ਮੀਡੀਆ 'ਤੇ ਪੈਂਦਾ, ਸੋਸ਼ਲ ਮੀਡੀਆ ਮਤਲਬ ਉਹਨੂੰ ਤੁਸੀਂ ਬਦਨਾਮੀ ਨੂੰ ਸ਼ੋਹਰਤ ਮਿਲ ਜਾਂਦੀ ਹੈ, ਕਿੱਡੀ ਵੱਡੀ ਗੱਲ ਹੈ ਨਾ। ਸੋ ਇਸ ਕਰਕੇ ਕਿ ਜਿਹੜੀ ਨੈਗੇਟਿਵ ਮਾਰਕਿੰਗ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਹਾਵੀ ਹੁੰਦੀ ਹੈ। ਤੁਸੀਂ ਕਿਹਾ ਨੈਗੇਟਿਵ ਮਾਰਕੀਟਿੰਗ ਅੱਜ ਦੇ ਟਾਈਮ 'ਚ ਹੈਗੀ ਆ, ਇਹਦੇ 'ਚ ਵੀ ਕੋਈ ਡਾਊਟ ਨਹੀਂ ਆ, ਹੈ ਨਾ। ਵਿੱਚ ਲੋਕ ਕਹਿੰਦੇ ਹੁੰਦੇ ਆ ਵੀ ਨਾਮ ਤਾਂ ਬਣਿਆ ਜਾਂ ਭਾਵੇਂ ਜਿੱਦਾਂ ਮਰਜ਼ੀ ਬਣਿਆ, ਬਟ ਇੱਕ ਆਰਟਿਸਟ ਦੇ ਲਈ ਕਿੰਨੀ ਕੁ ਫਾਇਦੇਮੰਦ ਹੁੰਦੀ ਹੈ ਜਾਂ ਨੁਕਸਾਨਦਾਇਕ ਹੁੰਦੀ ਆ ਲੌਂਗ ਟਰਮ ਲਈ? ਦੇਖੋ ਜੀ, ਜਿਹੜਾ ਤਾਂ ਹੈਗਾ ਐਕਟਰ ਜਾਂ ਜਿਹੜਾ ਹੈਗਾ ਕਲਾਕਾਰ, ਉਹਦੇ ਲਈ ਤਾਂ ਉਹਦੇ ਕੰਮ ਨੇ ਇਹਨੂੰ ਅੱਗੇ ਲੈ ਕੇ ਜਾਣਾ। ਜਿਹੜਾ ਕੁਛ ਵੀ ਨਹੀਂ ਹੈਗਾ, ਕੋਈ ਸਟਾਰ ਨਹੀਂ, ਕੋਈ ਕੁਛ ਨਹੀਂ, ਉਹਦੇ ਵਾਸਤੇ ਤਾਂ ਇਹ ਨੈਗੇਟਿਵ ਮਾਰਕੀਟਿੰਗ ਹੀ ਆ। ਜਦੋਂ ਇੱਕ ਵੀ ਚੀਜ਼ ਕੋਈ ਮਾੜੀ ਜਿਹੀ ਨੈਗੇਟਿਵ ਹੀ ਵਾਇਰਲ ਹੁੰਦੀ ਆ, ਉਹ ਵਾਇਰਲ ਹੋ ਗਿਆ, ਉਹ ਚੱਲ ਗਿਆ। ਇਹੋ ਜਿਹੀਆਂ ਬਹੁਤ ਸਾਰੇ ਐਗਜ਼ਾਮਪਲਸ ਨੇਗੀਆਂ, ਠੀਕ ਹੈ ਨਾ, ਜਿਹੜੀਆਂ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਕੁਛ ਵੀ ਨਹੀਂ ਆਉਂਦਾ ਸੀ ਉਹ ਆਸਟ੍ਰੇਲੀਆ ਦਾ ਗੇੜਾ ਲਾ ਚੁੱਕੇ ਨੇ, ਹੈ ਨਾ, ਸਟਾਰਟ ਦੇ ਵਿੱਚ ਜਦੋਂ ਉਹ ਆਏ ਸੀਗੇ, ਹੈ ਨਾ। ਅਤੇ ਮਤਲਬ ਇਹ ਚੀਜ਼ਾਂ ਬਹੁਤ ਜ਼ਿਆਦਾ ਫੇਮਸ ਹੁੰਦੀਆਂ ਨੇ, ਠੀਕ ਹੈ। ਹਰਮਨ ਚੀਮਾ ਇੱਕ ਬਹੁਤ, ਚਲੋ ਮੈਂ ਗੱਲ ਨਹੀਂ ਕਰਦਾ ਹੈਗਾ ਵੈਸੇ, ਉਹ ਵੀਰ ਨੂੰ ਬਹੁਤ ਮਤਲਬ ਬਹੁਤ ਜ਼ਿਆਦਾ ਨੈਗੇਟਿਵ ਮਾਰਕੀਟਿੰਗ ਹੋਈ ਉਸਦੀ, ਹੈ ਨਾ। ਉਹਨੂੰ ਕੁਛ ਵੀ ਨਹੀਂ ਆਉਂਦਾ ਸੀ, ਉਹ ਵੈਸੇ ਵੀ ਕਹਿੰਦੇ ਮੇਰਾ ਤੁੱਕਾ ਚੱਲਿਆ, ਹੈ ਨਾ। ਅਤੇ ਉਹ ਬਹੁਤ ਵੱਡੀ ਗੱਲ ਆ ਉਹ ਜੇ ਉਹ ਗੱਲ ਕਰਦਾ, ਅੱਜ ਉਹ ਸਟਾਰ ਬਣ ਗਿਆ, ਪਰ ਉਹਨੂੰ ਸਿੱਖਣਾ ਪਊਗਾ ਅੱਗੇ, ਜਿਹਨੇ ਪੈਰ ਜਮਾਉਣੇ ਨੇ ਜੇ ਟਿੱਕੇ ਰਹਿਣਾ ਫਿਰ ਤਾਂ ਸਿੱਖਣਾ। ਅੱਛਾ, ਜੇ ਮੈਂ ਗੱਲ ਕਰਾਂ ਵੈਸੇ ਨਾ, ਤੁਹਾਨੂੰ ਇੱਕ ਗੱਲ ਇਹ ਵੀ ਫੈਕਟ ਦੱਸ ਦਈਏ ਵੀ ਬਾਈ ਹੋਰੀ ਸਟਾਰ ਨੇ ਪਤਾ ਹੈ, ਲੇਕਿਨ ਜ਼ਿਆਦਾ ਫੋਲੋਅਰ ਭਾਬੀ ਦੇ ਆ, ਬਟ ਐਜ਼ ਏ ਵੈਦ। ਹਾਂ, ਐਜ਼ ਏ ਵੈਦ ਮੈਂ ਇਹੀ ਚੀਜ਼ ਮਤਲਬ ਮੈਂਸ਼ਨ ਕਰਨਾ ਚਾਹੁੰਦੀ ਸੀ ਵੀ ਇੱਦਾਂ ਹੀ ਵੀਡੀਓਜ਼ ਬਣਾ ਕੇ ਨਹੀਂ ਆ, ਬਹੁਤ ਕੰਮ ਦੀਆਂ ਵੀਡੀਓਜ਼ ਨੇ। ਜਦੋਂ ਤੁਸੀਂ ਇਹਨਾਂ ਦੇ ਪੇਜ 'ਤੇ ਜਾਓਗੇ, ਪਤਾ ਨਹੀਂ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੇ ਨੁਸਖੇ ਮਿਲ ਜਾਣੇ ਆ ਜਾਂ ਕਿਹੜੀ ਚੀਜ਼ ਤੁਹਾਨੂੰ ਲੱਗਣਾ ਵੀ ਨਹੀਂ ਯਾਰ ਇਹ ਚੀਜ਼ ਦੀ ਦਵਾਈ ਲੈ ਲਈ ਪ੍ਰਮੋਸ਼ਨ। ਹਾਂ, ਇਹ ਗੱਲ ਵਧੀਆ ਤੁਸੀਂ ਕਹੀ ਆ ਕਿ ਹਾਂ, ਚੰਗੀ ਚੀਜ਼ ਵੀ ਆਪਾਂ ਪ੍ਰਮੋਟ ਕਰ ਸਕਦੇ ਹਾਂ ਜਾਂ ਚੰਗੀ ਚੀਜ਼ ਨਾਲ ਵੀ ਆਪਣੇ ਫੋਲੋਅਰ ਵੱਧ ਸਕਦੇ ਨੇ। ਤੁਸੀਂ ਮੇਰੇ ਪੇਜ 'ਤੇ ਜਾ ਕੇ ਆਪਣੀਆਂ ਕਿੰਨੀਆਂ ਬਿਮਾਰੀਆਂ ਨੂੰ ਘਰੇ ਬੈਠੇ ਵੀ ਠੀਕ ਕਰ ਸਕਦੇ ਹੋ, ਆਪਦੀ ਪ੍ਰਮੋਸ਼ਨ ਕਰ। ਹਾਂ, ਪ੍ਰਮੋਸ਼ਨ ਵੀ ਬੇਸ। ਹਾਂ, ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਨਾਮ ਕਮਾਉਣਾ ਤਾਂ ਤੁਸੀਂ ਇਹ ਨਹੀਂ ਹੈਗਾ ਕਿ ਮਾੜੀ ਚੀਜ਼ 'ਚੋਂ ਹੀ ਕਮਾ ਸਕਦੇ ਹੋ, ਤੁਸੀਂ ਚੰਗੀ ਚੀਜ਼ ਕਰਕੇ ਵੀ ਆਪਣਾ ਨਾਮ ਬਣਾ ਸਕਦੇ ਹੋ। ਬੇਸਿਕਲੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਬਹੁਤ ਸਾਰਾ, ਆਈ ਥਿੰਕ 90-95% ਕੰਟੈਂਟ ਇੱਦਾਂ ਦਾ ਜਿਹਦਾ ਕੋਈ ਮਤਲਬ ਹੀ ਨਹੀਂ ਹੈਗਾ। ਬਿਲਕੁਲ, ਮੈਂ ਚਾਹੁੰਦੀ ਹਾਂ ਕਿ ਜਿਨ੍ਹਾਂ ਦੇ ਪੇਜ ਇੱਦਾਂ ਵੈਰੀਫਾਈ ਹੋਏ ਹੋਏ ਨੇ ਨਾ, ਤਾਂ ਵੈਰੀਫਾਈ ਹੋਣ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਇਨਕਮ ਵੀ ਹੋ ਰਹੀ ਆ, ਅਤੇ ਇਨਕਮ ਹੋਣ ਕਰਕੇ ਉਹਨਾਂ ਦੀ ਜਿਹੜੇ ਮਤਲਬ ਕੌਨਫੀਡੈਂਸ ਆ ਉਹ ਇੰਨਾ ਕੁ ਜ਼ਿਆਦਾ ਓਵਰ ਹੋਇਆ ਪਿਆ ਕਿ ਉਹਨਾਂ ਨੂੰ ਦੇਖ ਕੇ ਜਿਹੜਾ ਅੱਜ ਦਾ ਯੂਥ ਆ ਉਹ ਉੱਧਰ ਨੂੰ ਹੀ ਜਾ ਰਿਹਾ, ਠੀਕ ਹੈ। ਅਤੇ ਮੈਂ ਇਹੀ ਚੀਜ਼ ਚਾਹੂੰਗੀ ਕਿ ਉਹਨਾਂ ਨੂੰ ਥੋੜ੍ਹਾ ਰੋਕਥਾਮ ਚਾਹੀਦੀ ਆ ਉਹਨਾਂ ਲਈ, ਕਿ ਜੇ ਉਹ ਗਲਤ ਚੀਜ਼ਾਂ ਫੈਲਾ ਰਹੇ ਨੇ ਜਾਂ ਉਹਨਾਂ ਦੇ ਗਲਤ ਚੀਜ਼ਾਂ ਕਰਕੇ ਫੋਲੋਅਰ ਵੱਧ ਰਹੇ ਨੇ ਜਾਂ ਮਤਲਬ ਯੂਥ ਉੱਧਰ ਨੂੰ ਜ਼ਿਆਦਾ ਵੱਧ ਰਹੇ ਆ, ਤਾਂ ਉਹਨੂੰ ਕਿਸੇ ਨਾ ਕਿਸੇ ਨੂੰ ਤਾਂ ਰੋਕ ਲਾਉਣੀ ਚਾਹੀਦੀ ਆ ਉਸ ਚੀਜ਼ 'ਤੇ। ਸੋਸ਼ਲ ਮੀਡੀਆ ਫੋਲੋਅਰਸ ਕਿੰਨਾ ਕੁ ਪ੍ਰਭਾਵ ਪਾਉਂਦੇ ਨੇ ਇੱਕ ਐਕਟਿੰਗ ਦੀ ਜ਼ਿੰਦਗੀ 'ਤੇ ਜਾਂ ਫਿਰ ਐਕਟਰ ਦੀ ਜ਼ਿੰਦਗੀ 'ਤੇ ਜਾਂ ਫਿਰ ਜਦੋਂ ਕਿਸੇ ਫਿਲਮ ਦੇ ਵਿੱਚ ਕੰਮ ਮਿਲਣਾ ਹੁੰਦਾ ਹੈ ਉਦੋਂ? ਬਿਲਕੁਲ ਪਾਉਂਦੇ ਨੇ ਜੀ। ਅੱਜ ਦੇ ਸਮੇਂ ਦੇ ਵਿੱਚ ਕਲਾਕਾਰੀ ਨਹੀਂ ਦੇਖੀ ਜਾਂਦੀ, ਅੱਜ ਦੇ ਸਮੇਂ ਦੇਖੀ ਜਾਂਦੇ ਨੇ ਫੋਲੋਅਰ ਵੀ, ਤੁਹਾਡੇ ਫੋਲੋਅਰ ਕਿੰਨੇ ਨੇ, ਕਿਉਂਕਿ ਅਗਲੇ ਨੇ ਆਪਣੀ ਫਿਲਮ ਹੀ ਪ੍ਰਮੋਟ ਕਰਨੀ ਹੁੰਦੀ ਹੈ ਨਾ। ਬਹੁਤ ਚੀਜ਼ਾਂ ਨੇਗੀਆਂ ਇਹ ਕਿ ਫੋਲੋਵਰ ਬਹੁਤ ਅੱਜ ਦੇ ਸਮੇਂ 'ਚ ਉਹ ਰੱਖਦੇ ਨੇ। ਅਗਲਾ ਚਾਹੇ ਕਿੱਡਾ ਵੀ ਚੋਟੀ ਦਾ ਕਲਾਕਾਰ ਹੋਵੇ, ਪਰ ਜੇ ਤੁਹਾਡੇ ਫੋਲੋਵਰ ਨਹੀਂ ਹੈਗੇ ਤੁਹਾਡਾ ਕੁਛ ਨਹੀਂ ਹੈਗਾ। ਪਰ ਕਿਸੇ ਨੂੰ ਮਤਲਬ ਕਈ ਬੰਦੇ ਨੂੰ ਆਪਣੀ ਕਲਾਕਾਰੀ 'ਤੇ ਮਾਣ ਹੁੰਦਾ ਕਿ ਯਾਰ ਸਾਨੂੰ ਫੋਲੋਵਰ ਦੀ ਲੋੜ ਨਹੀਂ ਹੈਗੀ, ਜਿੱਦਣ ਕਦੇ ਚੱਲੇ ਸਾਡੀ ਕਲਾਕਾਰੀ ਸਾਨੂੰ ਫੋਲੋਵਰ ਦੇਊਗੀ, ਸਾਡੇ ਫੋਲੋਵਰ ਸਾਨੂੰ ਕਲਾਕਾਰ ਨਹੀਂ ਦਿੰਦੇ। ਅੱਛਾ, ਪਰ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਵੀ ਫੋਲੋਅਰ ਸਾਨੂੰ ਕਲਾਕਾਰ ਨਹੀਂ ਬਣਾਉਣਗੇ, ਸਾਡੀ ਕਲਾਕਾਰੀ ਸਾਨੂੰ ਫੋਲੋਅਰਸ ਦਊਗੀ, ਹੈ ਨਾ। ਅਤੇ ਪਰ ਕੀ ਮੰਨਦੇ ਹੋ ਕਿ ਜਿਨ੍ਹਾਂ ਨੂੰ ਫੋਲੋਅਰਸ ਦੇਖ ਕੇ ਲੈ ਲਿਆ ਜਾਂਦਾ, ਫਿਰ ਉਹ 1 ਮਿਲੀਅਨ ਜਾਂ 10 ਮਿਲੀਅਨ ਜਾਂ ਸੋ ਕਾਲਡ ਜਿੰਨੇ ਵੀ ਮਿਲੀਅਨ ਹੁੰਦੇ ਨੇ ਉਹ ਸਿਨੇਮਾ ਘਰਾਂ ਤੱਕ ਪਹੁੰਚਦੇ ਨੇ? ਮੈਨੂੰ ਤਾਂ ਲੱਗਦਾ ਜੀ, ਕਿਉਂਕਿ ਬਹੁਤ ਸਾਰੇ ਫਿਲਮਾਂ ਪਿੱਛੇ 'ਚ ਜਾ ਕੇ ਗਈਆਂ ਨੇ ਜਿਹਦੇ ਵਿੱਚ ਰੀਲ ਬਣਾਉਣ ਵਾਲੇ ਬਹੁਤ ਸਾਰੇ ਕਲਾਕਾਰ ਸੀਗੇ, ਹੈ ਨਾ, ਸੋ ਕਾਲਡ ਜਿਹਨੂੰ ਆਪਾਂ ਕਲਾਕਾਰ ਕਹਿ ਦਿੰਦੇ ਹੈਗੇ। ਅਤੇ ਪਰ ਇਹ ਨਹੀਂ ਹੈਗਾ ਕਿ ਇੰਸਟਾਗ੍ਰਾਮ 'ਤੇ ਇਕੱਲੇ ਸਿਰਫ ਰੀਲਸ ਵਾਲੇ ਸਿਰਫ ਨਹੀਂ ਮਤਲਬ ਉਹੀ ਕੰਟੈਂਟ ਬਣਾਉਂਦੇ ਨੇ ਕਿ, ਪਰ ਜਿਹੜੇ ਇਹ ਲੋਕ ਨੇ ਜਿਹੜੇ ਕਲਾਕਾਰ ਵੀ ਰੀਲਾਂ ਬਣਾਉਂਦੇ ਨੇ ਉਹ ਬਹੁਤ ਵਧੀਆ ਨੇ, ਉਹ ਠੀਕ ਆ, ਉਹ ਆਪਣਾ ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਬੈਸਟ ਹੈ ਇਹ, ਠੀਕ ਹੈ। ਪਰ ਜੇ ਕੋਈ ਤੁਸੀਂ ਇੱਦਾਂ ਹੀ ਕਹਿ ਕੇ ਕਿਸੇ ਫੋਲੋਵਰ ਕਰਕੇ ਲਿਆ, ਪਰ ਮੈਨੂੰ ਤਾਂ ਹੀ ਲੱਗਦਾ ਸ਼ਾਇਦ ਉਹ ਫਿਲਮ ਕਿਉਂਕਿ ਚੱਲੇਗੀ, ਕਿਉਂਕਿ ਕਲਾ ਜਿਹੜੀ ਹੁੰਦੀ ਹੈ ਨਾ, ਕਲਾਕਾਰ ਕਿਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਕਲਾ ਦੀ ਕੋਈ ਕੋਈ ਗੁਣ ਹੁੰਦਾ ਵੀ ਹਾਂ ਇਹ ਬੰਦੇ 'ਚ ਕਲਾ, ਸੋ ਕਲਾਕਾਰ ਉਹਨੂੰ ਕਿਹਾ ਜਾਂਦਾ। ਇਸ ਕਰਕੇ ਤੁਸੀਂ ਇਹ ਦੱਸੋ ਵੀ ਫਿਲਮ ਤਾਂ ਕਲਾਕਾਰਾਂ ਨੇ ਹੀ ਚਲਾਉਣੀ ਹੁੰਦੀ ਹੈ। ਜਦੋਂ ਕੋਈ ਫਿਲਮ ਆਉਂਦੀ ਆ ਜਾਂ ਕੋਈ ਪ੍ਰੋਜੈਕਟ ਆਉਂਦਾ ਆ, ਘਰੇ ਕਿੱਦਾਂ ਦੀ ਡਿਸਕਸ਼ਨ ਹੁੰਦੀ ਹੁੰਦੀ ਹੈ? ਸਭ ਤੋਂ ਪਹਿਲਾਂ ਤਾਂ ਇਹ ਮੈਨੂੰ ਜੇ ਬਾਹਰ
मैनू आ फिल्म का ऑफर आया, मैं ठीक है छोटी जी एक वीडियो बनानी आ, हाँ बना लें, फिर मैं कितने खड़ के बनावा, इतने खड़ के बनावा, फिर तू मेरी वीडियो बना देंगी या फिर ये मतलब रिंग लाइट से खड़ के पहले एक्टिंग करी जाएंगे ना, फिर इन्हों ऑडिशन बना दी, उन्होंने भी पसीना आजगा जोर लगा। मैं ना मैं थिएटर करता सी ना जदों जदों असीं स्टेज ते प्ले करदे सीगे ओह करैक्टर जिद्दां दा वी हुंदा सीगा ना वी हाँ वी आ प्ले करना, मैनूं सच्ची पसीना आ जांदा सी, मेरा जोर लगदा सी बोल देना सिर ते, हुण वी जोर ही लगदा। इक बना लिया हाँ इट थोड़ा ठीक बणिया, फिर दूसरा बना लिया, घट्टो घट 50 वारी बना के फिर इक सिलेक्ट हुंदा सी। क्या बात, नहीं 50 वीडियो दी 50 च 50 हेल्प करदे, मैं बिल्कुल करदे ना। ਕਿੰਨਾ ਜ਼ਰੂਰੀ ਹੁੰਦਾ ਇੱਕ ਸਪੋਰਟਿਵ ਪਾਰਟਨਰ ਸਪੈਸ਼ਲੀ ਇਨ ਦਿਸ ਲਾਈਨ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਉਹ ਵੀ ਮੈਨੂੰ ਕਹਿੰਦੇ ਵੀ ਤੁਹਾਡਾ ਜਿਹੜਾ ਪਾਰਟਨਰ ਹੈ ਨਾ ਅਗਰ ਉਹ ਤੁਹਾਡੇ ਕੰਮ ਨੂੰ ਇੰਨਾ ਜ਼ਿਆਦਾ ਨਹੀਂ ਉਹ ਕਰ ਪਸੰਦ ਕਰ ਰਿਹਾ ਤਾਂ ਸ਼ਾਇਦ ਤੁਸੀਂ ਫਿਰ ਉਹ ਉਨਾ ਜ਼ਿਆਦਾ ਤੁਸੀਂ ਉਨਾ ਪਰੇਸ਼ਾਨੀ 'ਚ ਘਰੇ ਰਹਿੰਦੇ ਹੋ, ਤੁਹਾਡਾ ਪਾਰਟਨਰ ਤੁਹਾਨੂੰ ਪਸੰਦ ਕਰਦਾ ਹੈ, ਤੁਹਾਡੇ ਕੰਮ ਨੂੰ ਅੱਛਾ ਕਰਦਾ ਤਾਂ ਤੁਸੀਂ ਬਹੁਤ ਕੁਛ ਕਰ ਸਕਦੇ ਹੋ, ਹੈ ਨਾ ਕਿ ਫਿਰ ਤੁਹਾਨੂੰ ਪਰੇਸ਼ਾਨੀ ਨਹੀਂ ਰਹਿੰਦੀ ਹੈਗੀ। ਅਤੇ ਮੇਰੇ ਨਾਲ ਇਹ ਵੀ ਹੈ ਕਿ ਮੈਨੂੰ ਕੋਈ ਇੱਦਾਂ ਦੀ ਕੋਈ ਦਿੱਕਤ ਨਹੀਂ ਆ ਰਹੀ। ਪਰ ਇਹਦਾ ਫਿਲਮ 'ਚ ਵੀ ਇੱਕ ਲਾਈਨ ਆਈ ਸੀਗੀ, ਕਹਿੰਦੇ ਵੀ ਜੇ ਪਿਆਰ ਮਿਲ ਜਾਏ ਨਾ ਉਹ ਕਿਸਮਤ ਨੂੰ ਵੀ ਬਦਲ ਸਕਦਾ ਹੈ ਨਾ। ਰਾਈਟ, ਹਾਂ 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 ਬਿਲਕੁਲ, ਤੁਹਾਡਾ ਤੁਹਾਡਾ ਪਾਰਟਨਰ ਚੰਗਾ ਹੋਣਾ ਚਾਹੀਦਾ ਉਹਦੇ ਲਈ, ਉਹਦੇ ਨਾਲ ਅੱਜ ਤਾਂ ਹੀ ਤਾਂ ਮੈਂ ਪਰਿੰਦਾ ਕਰ ਲਈ। ਸ਼ਾਇਦ ਲੋਕਾਂ ਦੇ ਵਿਆਹ ਤੋਂ ਬਾਅਦ ਬਹੁਤ ਚੀਜ਼ਾਂ ਬਦਲ ਜਾਂਦੀਆਂ ਨੇਗੀਆਂ, ਕੰਮ ਨਹੀਂ ਕਰਨ ਦਿੰਦੇ ਜਾਂ ਹੋਰ ਨਹੀਂ ਦਿੰਦੇ, ਪਰ ਮੈਂ ਵਿਆਹ ਤੋਂ ਬਾਅਦ ਬਹੁਤ ਅੱਛਾ ਕੰਮ ਕੀਤਾ ਹੈਗਾ, ਮੈਂ ਇੰਨੇ ਮਾਈਨਿੰਗ ਫਿਲਮ ਕੀਤੀ ਹੈ, ਮੈਨੇ ਪਰਿੰਦਾ ਬਹੁਤ ਅੱਛੀ ਫਿਲਮ ਕੀਤੀ ਹੈ ਮੈਨੇ, ਹੈ ਨਾ। ਸੋ ਮੇਰੇ ਲਈ ਬਹੁਤ ਵੱਡੀ ਗੱਲ ਹੈ। ਇੱਕ ਫੀਮੇਲ ਦੇ ਲਈ ਸਭ ਤੋਂ ਵੱਡੀ ਕਰੀਅਰ ਚੋਇਸ ਹੁੰਦੀ ਹੈ ਕਿ ਉਹਦਾ ਹਸਬੈਂਡ ਕਿੱਦਾਂ ਦਾ ਆ, ਹੈ ਨਾ। ਸੋ ਤੁਹਾਡੇ ਲਈ ਕਿਤੇ ਨਾ ਕਿਤੇ ਤੁਹਾਡੀ ਲਾਈਨ 'ਚ ਵੀ ਇਹਨਾਂ ਦੀ ਬਹੁਤ ਸਪੋਰਟ ਹੁੰਦੀ ਹੋਵੇਗੀ, ਉਹਦੇ ਬਾਰੇ ਕੀ? ਹਾਂ, ਮੇਰੀ ਲਾਈਨ ਦੇ ਵਿੱਚ ਫੁੱਲ ਸਪੋਰਟ ਮੈਂ ਕਹਿੰਦਾ ਇਹਨਾਂ ਦੀ ਆ, ਇਹ ਮੇਰੀ ਵੀਡੀਓਜ਼ ਬਣਾਉਂਦੇ ਨੇ, ਸ਼ੇਅਰ ਕਰਦੇ ਨੇ, ਪੂਰਾ ਸੋਸ਼ਲ ਮੀਡੀਆ ਇਹਨਾਂ ਨੇ ਸਾਂਭਿਆ ਹੋਇਆ। ਜੇ ਇਹ ਮੇਰਾ ਸੋਸ਼ਲ ਮੀਡੀਆ ਨਾ ਹੈਂਡਲ ਕਰਨ ਤਾਂ ਮੈਨੂੰ ਕੁਛ ਨਹੀਂ ਪਤਾ ਵੀ ਉੱਥੇ ਕੀ ਹੁੰਦਾ ਕੀ ਨਹੀਂ। ਬਹੁਤ ਵੱਡੇ ਵੈਦ ਨੇ ਜੀ, ਬਹੁਤ ਵੱਡੇ ਵੈਦ ਨੇ। ਔਰ ਜੇ ਕੋਈ ਦਵਾਈ ਲਿਆਉਣੀ ਹੁੰਦੀ ਆ ਕਿਤੋਂ, ਜੜੀਆਂ ਬੂਟੀਆਂ ਲਿਆਉਣੀਆਂ ਹੁੰਦੀਆਂ ਨੇ ਤਾਂ ਉਹ ਹੀ ਲੈ ਕੇ ਆਉਂਦੇ ਨੇ, ਅਤੇ ਜੇ ਕੁੱਟਣੀਆਂ ਹੁੰਦੀਆਂ ਨੇ ਤਾਂ ਇਹ ਕੁੱਟਦੇ ਨੇ ਜੜੀਆਂ ਬੂਟੀਆਂ। ਮੈਂ ਕੰਪਾਊਂਡਰ ਹਾਂ, ਅਤੇ ਐਕਟਰ ਐਂਡ ਕੰਪਾਊਂਡਰ ਤੁਸੀਂ IMDb 'ਚ ਪਾ ਲਓ, ਅਤੇ ਇਹਨਾਂ ਦੀ ਬਹੁਤ ਸਪੋਰਟ ਆ, ਬਹੁਤ ਜ਼ਿਆਦਾ। ਸੋ ਵਾਕਈ ਦੋਨਾਂ ਦੀ ਸਪੋਰਟ ਆ ਇੱਕ ਦੂਜੇ ਨੂੰ। ਸੋ ਸੁਣਿਆ ਸੀ ਕਿ ਦੋ ਪਹੀਏ ਹੁੰਦੇ ਨੇ, ਹੈ ਨਾ, ਗੱਡੀ ਦੇ ਬੈਲੈਂਸ ਨਾਲ ਚੱਲਣ 'ਤੇ ਵਧੀਆ ਗੱਡੀ ਚੱਲਦੀ ਰਹਿੰਦੀ ਹੈ। ਸੋ ਆਈ ਹੋਪ ਆਈ ਵਿਸ਼ ਇੱਦਾਂ ਚੱਲਦਾ ਰਹੇ। ਸੋ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ, ਆਪਣੇ ਵੱਲੋਂ ਜ਼ਰੂਰ ਦਰਸ਼ਕਾਂ ਨੂੰ ਕੋਈ ਸੰਦੇਸ਼? ਦੇਖੋ ਜੀ, ਬਹੁਤ ਸੋਹਣੀ ਫਿਲਮ ਹੈ ਪਰਿੰਦਾ ਪਾਰ ਗਿਆ, ਹਰ ਇਨਸਾਨ ਦੀ ਕਹਾਣੀ ਹੈ, ਕਨੈਕਟ ਕਰਦੀ ਹੈ, ਜੁੜਦੀ ਹੈ, ਤੁਸੀਂ ਜੋੜੋ, ਮਤਲਬ ਤੁਸੀਂ ਜਾਓ ਫਿਲਮ ਦੇਖਣ, ਬਹੁਤ ਸੋਹਣੀ ਫਿਲਮ ਹੈ। ਹਰ ਬੰਦੇ ਦੀ ਸਟੋਰੀ ਹੈ, ਹਰ ਇਨਸਾਨ ਦੀ, ਜਿਹੜਾ ਬੰਦਾ ਕੁਛ ਕਰਨਾ ਚਾਹੁੰਦਾ ਲਾਈਫ ਦੇ ਵਿੱਚ ਤਾਂ ਇਹ ਉਹਦੀ ਹੈ ਪਰਿੰਦਾ ਪਾਰ ਗਿਆ। ਮੈਂ ਇਹੀ ਕਹੂੰਗੀ ਕਿ ਤੁਸੀਂ ਉਹਦੇ ਵਿੱਚੋਂ ਮਾੜੀਆਂ ਚੀਜ਼ਾਂ ਕੱਢ ਕੇ, ਜਿੱਦਾਂ ਉਹ ਡਰਿੰਕ ਕਰਦਾ ਜਾਂ ਮਤਲਬ ਕੋਈ ਆਪਣੀ ਮਾਂ ਨੂੰ ਧਿਆਨ ਨਹੀਂ ਦਿੰਦਾ ਉਹਦੇ ਵੱਲ ਕਾਫੀ ਟਾਈਮ ਨਾ, ਉਹ ਰੱਖਦਾ ਕਿ ਹਾਂ ਮੈਂ ਆਪਣੀ ਮਾਂ ਨੂੰ ਨਹੀਂ ਦੱਸਣਾ। ਤੁਸੀਂ ਹਰ ਗੱਲ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੋ, ਜੋ ਵੀ ਤੁਸੀਂ ਕਰਦੇ ਹੋ, ਜੋ ਵੀ ਤੁਹਾਡੇ ਸਕਿੱਲਸ ਹੈਗੇ ਨੇ ਜਾਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਪਹਿਲਾਂ ਸ਼ੇਅਰ ਕਰੋ, ਅਤੇ ਉਹ ਮਾੜੀਆਂ ਚੀਜ਼ਾਂ ਛੱਡ ਕੇ ਚੰਗੀਆਂ ਚੀਜ਼ਾਂ ਨੂੰ ਯਾਦ ਰੱਖੋ ਅਤੇ ਅੱਗੇ ਵਧੋ, ਤਾਂ ਕਿ ਤੁਸੀਂ ਵੀ ਕੁਛ ਲਾਈਫ ਦੇ ਵਿੱਚ ਕਰ ਸਕੋ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਐਂਡ ਆਲ ਦ ਵੈਰੀ ਬੈਸਟ। ਥੈਂਕ ਯੂ।